Welcome to Sant Kirpal Singh Seva Panthi Senior Secondary Public School Neelum. School has 6.25 acres of clean, green and serene campus. Ideally ventilated and spacious classrooms, highly equipped labs, dedicated and committed teachers, specially furnished kindergarten, special emphasis on spoken English and personality development, basketball and volleyball courts, cricket, football and hockey grounds, excellent academics and extracurricular activities for holistic development of the students and compulsory spiritual education. Admission open for nursery to 10 plus 1 medical, non-medical, commerce and arts. Chief guest of the talk today, Sardar Ranjit Singh Ji Kamal, Vice Chancellor, Khetiwadi University of Ludhiana. Ethan the school director, Mr. Sallawar Sahib, ਕਨੇਡਾ ਤੋਂ ਤਸ਼ਰੀਫ ਲਿਆਏ ਮੇਰੇ ਪਰ ਪਿਆਰੇ ਮਿੱਤਰ ਜਿਹਨਾਂ ਨੇ ਇਸ ਸਕੂਲ ਦੀ ਆਰੰਭਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹਮੇਸ਼ਾ ਜਦੋਂ ਵੀ ਮੈਂ ਕਨੇਡਾ ਦੀ ਧਰਤੀ 'ਤੇ ਗਿਆ ਇਹਨਾਂ ਨੇ ਮੈਨੂੰ ਨਵਾਜਿਆ ਮੇਰੀ ਮਾਂ ਹੈ ਸਰਦਾਰ ਮਨਮੋਹਨ ਸਿੰਘ ਢਿੱਲੋਂ ਜੋ ਮੇਰੇ ਸਾਹਮਣੇ ਬੈਠੇ ਨੇ ਉਹ ਇੱਥੇ ਤਸ਼ਰੀਫ ਲੈ ਰਹੇ ਅਚਾਨਕ ਆਏ ਸਨ ਕੈਨੇਡਾ ਤੋਂ ਥੋੜ੍ਹੇ ਦਿਨ ਹੋਏ ਨੇ ਮੈਂ ਬੇਨਤੀ ਕੀਤੀ ਵੀ ਇਸ ਤਰ੍ਹਾਂ ਸਕੂਲ ਦਾ ਇੰਨਾ ਫੰਕਸ਼ਨ ਹੈ ਵੀ ਜ਼ਰੂਰ ਆਵਾਂ ਤੋ ਅੱਜ ਇੱਥੇ ਇਹਨਾਂ ਦੇ ਪਿੰਡ ਢਿੱਲਾ ਵਿਖੇ ਇਹਨਾਂ ਵੱਲੋਂ ਹੀ ਗੁਰੂ ਨਾਨਕ ਸਾਹਿਬ ਦੇ ਪੁਰਬ 'ਤੇ ਅਕਾਲਤਾ ਸਾਹਿਬ ਦੀ ਸਮਾਪਤੀ ਹੋਈ ਤਾਂ ਸਮਾਪਤੀ ਜਲਦੀ ਕਰਕੇ ਫਿਰ ਇੱਥੇ ਪਹੁੰਚ ਗਏ ਬੱਚਿਆਂ ਦੇ ਮਾਪੇ ਪਿਆਰੇ ਬੱਚੇ ਇਲਾਕੇ ਦੇ ਸੁਹਿਰਦ ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਇਸ ਇਲਾਕੇ ਵਿੱਚ ਜਿੱਥੇ ਅੱਜ ਤੋਂ ਕੋਈ 20-22 ਸਾਲ ਪਹਿਲਾਂ ਜਿਸ ਜਗ੍ਹਾ 'ਤੇ ਤੁਸੀਂ ਬੈਠੇ ਹੋ ਇੱਥੇ ਉੱਡਦੀ ਹੋਈ ਰੇਤ ਤੋਂ ਸਮਾਪਤ ਜੀ ਜਗ੍ਹਾ ਨਹੀਂ ਸੀ ਆਉਂਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਚੰਡੀਗੜ੍ਹ ਤੋਂ ਆਇਆ ਸਾਂ ਇੱਥੇ ਸਾਹਮਣੇ ਗੱਡੀ ਰੋਕੀ ਤਾਂ ਮੈਂ ਆਪਣੇ ਨਾਲ ਦੇ ਜਿਹੜੇ ਮੇਰੇ ਸੱਜਣ ਸਨ ਉਹਨਾਂ ਨੂੰ ਪੁੱਛਿਆ ਵੀ ਆਹ ਜ਼ਮੀਨ ਜਿਹੜੀ ਹੈ ਇਹ ਕਿਸ ਭਾਰ ਮਿਲ ਜਾਏਗੀ ਤਾਂ ਮੈਨੂੰ ਅਸਰ ਲੱਗ ਗਿਆ ਕਹਿੰਦੇ ਤੁਸੀਂ ਇੱਥੇ ਰੇਤੇ 'ਚ ਕੀ ਕਰਨਾ ਮੈਂ ਕਿਹਾ ਵੀ ਮੇਰੀ ਇੱਛਾ ਸਕੂਲ ਬਣਾ ਲਈ ਪਿੰਡਾਂ ਦੇ ਲਾਲ ਕਲਾ ਪਿੰਡ ਦੇ ਸੰਤ ਸਾਹਿਬ ਗੁਰੂ ਪਿਆਰੇ ਜਿਹਨਾਂ ਦੀ ਇਹ ਜ਼ਮੀਨ ਸੀ ਉਹਨਾਂ ਮੇਰਾ 70,000 ਮੰਗਿਆ ਇੱਕ ਕਰਦਾ ਦੁਬਾਰਾ ਮੈਂ ਅੱਸੀ ਕਰਦੇ ਅਖੀਰ ਲੱਖ ਰੁਪਏ ਮੈਂ ਸੌਦਾ ਹੋ ਗਿਆ ਇੱਥੇ ਸੱਚੇ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਹਰਜਿੰਦਰ ਸਿੰਘ ਆਮ ਸਿਵਲ ਇੰਜੀਨੀਅਰ ਕੁਆਲੀਫਾਈਡ ਇੰਜੀਨੀਅਰ ਫਰੋਮ ਵਿਦ ਦਾ ਬੀ ਐੱਸ ਸੀ ਡਿਗਰੀ ਐਂਡ ਵਿਦ ਦਾ ਮਾਸਟਰ ਡਿਗਰੀ ਮਾਈ ਨੈਸ਼ਨੈਲਿਟੀ ਇਜ਼ ਨਿਊਜ਼ੀਲੈਂਡਰ ਐਂਡ ਆਮ ਹੇਅਰ ਇਨ ਦਿਸ ਸਕੂਲ ਰਾਈਟ ਫਰੋਮ ਲਾਸਟ 10 ਈਅਰ ਸਕੂਲ ਦੇ ਵਿੱਚ ਸੰਤ ਕਿਰਪਾਲ ਸਿੰਘ ਸੇਵਾਪਤੀ ਸੀਨੀਅਰ ਸੈਕੰਡਰੀ ਸਕੂਲ ਨੀਲੋਂ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਇਸਟੈਬਲਿਸ਼ਡ ਹੈ ਇਸ ਸਕੂਲ ਦੇ ਵਿੱਚ ਪਹਿਲਾਂ ਇਨੀਸ਼ਲੀ ਇਹ ਪੰਜਾਬ ਸਕੂਲ ਬੋਰਡ ਦੇ ਨਾਲ ਅਫੀਲੀਏਟਿਡ ਸੀ ਲੇਟਰ ਔਨ 2 ਸਾਲਾਂ ਤੋਂ ਬਾਅਦ ਇਸ ਸਕੂਲ ਨੂੰ CBSE ਦੇ ਨਾਲ ਅਫੀਲੀਏਸ਼ਨ ਲੈ ਲਈ ਗਈ ਸਕੂਲ ਦੇ ਵਿੱਚ 4 ਸਟ੍ਰੀਮ ਚੱਲ ਰਹੀਆਂ ਹਨ ਮੈਡੀਕਲ ਨੋਨ ਮੈਡੀਕਲ ਕਮਰਸ ਐਂਡ ਆਰਟਸ ਸਕੂਲ ਦੇ ਵਿੱਚ ਰਿਜ਼ਲਟ ਤਕਰੀਬਨ 100% ਹੁੰਦਾ ਹੈ ਇਸ ਸਕੂਲ ਨੇ ਹਰ ਸਾਲ 2-4 ਆਰਕੀਟੈਕਟ BDS ਡਾਕਟਰ MBBS ਡਾਕਟਰ ਇੰਜੀਨੀਅਰਸ ਲੋਇਰ ਅਤੇ ਕੰਪਿਊਟਰ ਟੈਕਨੋਲੋਜੀ ਦੇ ਨਾਲ ਰਿਲੇਟਡ ਬੱਚੇ ਪ੍ਰੋਡਿਊਸ ਕੀਤੇ ਨੇ ਵੀ ਆਰ ਰਾਈਟ ਓਵਰ ਹੇਅਰ ਐਂਡ ਫਰੋਮ 1993 ਅੱਜ ਤੱਕ ਇਹ ਸਕੂਲ ਉਸੇ ਹਿਸਾਬ ਦੇ ਨਾਲ ਬੜੀ ਸ਼ਲਾਘਾ ਦੇ ਨਾਲ ਚੱਲ ਰਿਹਾ ਹੈ ਸਕੂਲ ਦੇ ਵਿੱਚ ਆਉਣ ਇਹ ਨਹੀਂ ਇਕੱਲੀ ਪੜ੍ਹਾਈ ਕਰਵਾਈ ਜਾਂਦੀ ਹੈ ਇਹਦੇ ਵਿੱਚ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ ਜਿਵੇਂ ਕਿ ਹਰ ਸੰਗਰਾਂਦ ਵਾਲੇ ਦਿਨ ਅਸੀਂ ਸਾਰਾ ਸਕੂਲ ਵੱਡੇ ਹਾਲ ਦੇ ਵਿੱਚ ਇਕੱਠਾ ਹੁੰਦਾ ਹੈ ਜਪੁਜੀ ਸਾਹਿਬ ਦਾ ਪਾਠ ਸਾਰਾ ਸਟਾਫ ਦੇ ਬੱਚੇ ਮਿਲ ਕੇ ਕਰਦੇ ਨੇ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਮੁੱਖ ਵਾਕ ਲਿਆ ਜਾਂਦਾ ਹੈ ਅਤੇ ਮਹੀਨਾ ਸੁਣਾਇਆ ਜਾਂਦਾ ਹੈ ਅਤੇ ਦੇਗ ਉਸ ਤੋਂ ਬਾਅਦ ਦੇਗ ਵਰਤਦੀ ਹੈ ਤੋ ਇਸੇ ਤਰ੍ਹਾਂ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਹੈ ਸਾਲ ਦੇ ਵਿੱਚ ਅਸੀਂ ਫੰਕਸ਼ਨ ਕਰਦੇ ਹਾਂ ਜਿਵੇਂ 1 ਸਾਲ ਐਨੂਅਲ ਫੰਕਸ਼ਨ ਕਰਦੇ ਹਾਂ 1 ਸਾਲ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹਾਂ ਪਾਠ ਕਰਦੇ ਹਾਂ ਲੰਗਰ ਗੁਰੂ ਕਾ ਲੰਗਰ ਕੀਰਤਨ ਕਥਾ ਰਾਗੀ ਢਾਡੀ ਜੋ ਵੀ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਬੁਲਾ ਕੇ ਕਥਾ ਕਰਦੇ ਹੈ ਅਤੇ ਨਾਲ ਬਾਅਦ ਵਿੱਚ ਗੁਰੂ ਕਾ ਲੰਗਰ ਚੱਲਦਾ ਹੈ ਸਕੂਲ ਦੇ ਵਿੱਚ ਇਕੱਲੀ ਪੜ੍ਹਾਈ ਨਹੀਂ ਸਕੂਲ ਦੇ ਵਿੱਚ ਗੇਮਸ ਦਾ ਵੀ ਬਹੁਤ ਅੱਛਾ ਇੰਤਜ਼ਾਮ ਹੈ ਸਾਡਾ ਸਕੂਲ ਹੋਦਿਆ ਈਸਟ ਦੇ ਨਾਲ ਰਜਿਸਟਰਡ ਹੈ ਬੱਚੇ ਸਾਡੇ ਹਰ ਸਾਲ ਤਕਰੀਬਨ ਸਪੈਸ਼ਲਾਈਜ਼ ਜਿਹੜੀ ਗੇਮਸ ਹੁੰਦੀਆਂ ਹੈ ਬਾਸਕਿਟਬਾਲ ਵਾਲੀਬਾਲ ਖੋ ਖੋ ਬੱਚੇ ਓਨਲੀ ਨਾਟ ਓਨਲੀ ਬੋਇਜ਼ ਅਤੇ ਗਰਲਸ ਆਲਸੋ ਪਾਰਟੀਸਪੇਟ ਇਨ ਦੀਸ ਗੇਮਸ ਤੋ ਕੋਈ ਨਾ ਕੋਈ ਸਾਡੇ ਕੋਲ ਕੋਈ ਨਾ ਕੋਈ ਟਰੋਫੀ ਮੈਡਲ ਹਰ ਸਾਲ ਬੱਚੇ ਲੈ ਕੇ ਆਉਂਦੇ ਨੇ ਬੱਚੇ ਅਸੀਂ ਬੱਚਿਆਂ ਨੂੰ ਬਾਹਰ ਟੂਰ 'ਤੇ ਵੀ ਲੈ ਕੇ ਜਾਂਦੇ ਹਾਂ ਸਾਲ ਦੇ ਵਿੱਚ ਦੋ ਟੂਰ ਅਸੀਂ ਬੱਚਿਆਂ ਨੂੰ ਕਰਵਾਉਂਦੇ ਹਾਂ ਬਾਹਰਲੇ ਵਾਸਤੇ ਅਤੇ ਕਿਤੇ ਨਾ ਕਿਤੇ ਜਿੱਥੇ ਕੋਈ ਇੰਟਰਸਟਿੰਗ ਜਗ੍ਹਾ ਹੁੰਦੀ ਹੈ ਕੋਈ ਹੈਰੀਟੇਜ ਹੈ ਉੱਥੇ ਲੈ ਕੇ ਜਾਈਦਾ ਹੈ ਉਸ ਤੋਂ ਬਾਅਦ ਸਕੂਲ ਦੇ ਵਿੱਚ ਜਿੰਨੇ ਵੀ ਫੰਕਸ਼ਨ ਹੁੰਦੇ ਹੈ ਉਹਨਾਂ ਦੇ ਸਾਰਾ ਕੁਛ ਪੇਰੈਂਟਸ ਨੂੰ ਬੁਲਾਇਆ ਜਾਂਦਾ ਹੈ ਪੇਰੈਂਟਸ ਆ ਕੇ ਅਟੈਂਡ ਕਰਦੇ ਨੇ ਹੁਣ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਵੀ ਕਰਾਇਆ ਜਾਂਦਾ ਹੈ ਬਟ ਹਾਂ ਬੱਚੇ ਨੂੰ ਪਰ ਰੈਗੂਲਰ ਜਿਹੜੀ ਐਕਟੀਵਿਟੀਜ਼ ਹੈ ਹਰ ਮਹੀਨੇ ਦੇ ਵਿੱਚ ਸੈਟਰਡੇ ਦੇ 2 ਪੀਰੀਅਡ ਐਕਟੀਵਿਟੀਜ਼ ਵਾਸਤੇ ਹੁੰਦੇ ਨੇ ਸਾਡੇ ਬੱਚੇ ਹਰ ਸਾਲ ਤਕਰੀਬਨ ਸਾਨੂੰ ਜਿਹੜੀ ਸਹੋਦਿਆ ਕੰਪਲੈਕਸ ਵੱਲੋਂ ਅਲੋਟ ਕੀਤਾ ਜਾਂਦਾ ਹੈ ਭਾਸ਼ਾ ਪ੍ਰਤੀਯੋਗਤਾ ਵਾਸਤੇ ਬੱਚਿਆਂ ਨੂੰ ਅਲੋਟ ਕੀਤਾ ਜਾਂਦਾ ਹੈ ਪਿਛਲੇ 10 ਸਾਲ ਤੋਂ ਮੈਂ ਦੇਖ ਰਿਹਾ ਹਾਂ ਕਿ ਬੱਚਿਆਂ ਨੇ ਸਾਡੇ ਸਕੂਲ ਦੇ ਬੱਚੇ ਹਰ ਸਾਲ ਕੋਈ ਨਾ ਕੋਈ ਪ੍ਰਾਈਜ਼ ਮਿਲਦਾ ਹੈ ਫਸਟ ਸੈਕਿੰਡ ਥਰਡ ਕੁਛ ਨਾ ਕੁਛ ਹਰ ਸਾਲ ਸਾਡੇ ਬੱਚਿਆਂ ਨੂੰ ਪ੍ਰਾਈਜ਼ ਲੈ ਕੇ ਜਾਂਦੇ ਜੇ ਇਹ ਨਹੀਂ ਕਿ ਸਾਡੇ ਸਕੂਲ ਦੇ ਵਿੱਚ ਜਿਹੜਾ ਫੰਕਸ਼ਨ ਹੋਏਗਾ ਉਸ 'ਚ ਪ੍ਰਾਈਜ਼ ਲੈ ਕੇ ਆਉਣਗੇ ਬੱਚੇ ਜਦੋਂ ਬਾਹਰ ਜਾਂਦੇ ਹੈ ਇੰਗਲਿਸ਼ ਕੰਪੀਟੀਸ਼ਨ ਇੰਗਲਿਸ਼ ਪੋਇਮਸ ਜਾਂ ਹਿੰਦੀ ਦੇ ਵਿੱਚ ਜਿਹੜੀ ਕੋਈ ਕੰਪੀਟੀਸ਼ਨ ਦਾ ਉੱਥੋਂ ਵੀ ਪ੍ਰਾਈਜ਼ ਲੈ ਕੇ ਆਉਂਦੇ ਨੇ ਸਾ ਉਸ ਤੋਂ ਬਾਅਦ ਹੁਣ ਅਸੀਂ 10 ਮਾਰਚ ਨੂੰ ਇੱਕ ਫੰਕਸ਼ਨ ਕਰ ਰਹੇ ਹਾਂ ਅਚੀਵਰਸ ਡੇ ਅਸੀਂ ਅਚੀਵਰਸ ਨੂੰ ਆਨਰ ਕਰਨਾ ਚਾਹੁੰਦੇ ਨਾਟ ਅਚੀਵਰਸ ਨਾਟ ਫਰੋਮ ਆਵਰ ਸਕੂਲ ਇਸ ਇਲਾਕੇ ਦੇ ਆਸੇ ਪਾਸੇ ਦੇ ਜਿੰਨੇ ਵੀ ਇੰਸਟੀਚਿਊਟ ਨੇ ਅਸੀਂ ਸਾਰਿਆਂ ਨੂੰ ਵਿਜ਼ਿਟ ਕੀਤਾ ਹੈ ਉਹਨਾਂ ਨੂੰ ਪੁੱਛਿਆ ਜੇ ਕਿਸੇ ਬੱਚੇ ਦੀ ਕੋਈ ਅਚੀਵਮੈਂਟ ਹੈ ਅਸੀਂ ਉਹਨਾਂ ਨੂੰ 10 ਤਰੀਕ ਨੂੰ ਸਭ ਨੂੰ ਅਚੀਵ ਕਰਾਂਗੇ ਸਰਟੀਫਿਕੇਟ ਦੇਵਾਂਗੇ ਮੈਡਲ ਦੇਵਾਂਗੇ ਉਹਨਾਂ ਦੀ ਬਾਕੀ ਜੋ ਸਨੈਕਸ ਜਿਹੜਾ ਕੁਛ ਹੋਏਗਾ ਉਹ ਫੰਕਸ਼ਨ ਕੰਡਕਟ ਕਰਾਂਗੇ ਉਹਦੇ ਨਾਲ ਸਾਰਾ ਕੁਛ ਹੋਏਗਾ ਬੱਚਿਆਂ ਨੂੰ ਸਕੂਲ ਦੇ ਵਿੱਚ ਕੰਪੀਟੀਸ਼ਨ ਹੁੰਦੇ ਨੇ ਬਾਹਰ ਬੱਚੇ ਆਉਂਦੇ ਆ ਸਾਡੇ ਬੱਚੇ ਬਾਹਰ ਜਾਂਦੇ ਨੇ
ਅਸੀਂ ਲਾਸਟ ਈਅਰ ਇੱਕ ਫੰਕਸ਼ਨ 'ਤੇ ਕੋਸ਼ਿਸ਼ ਕਰ ਰਹੇ ਸੀਗੇ ਬੱਚਿਆਂ ਨੂੰ ਬਾਹਰ ਅਮੈਰੀਕਾ ਦੇ ਟ੍ਰਿਪ 'ਤੇ ਭੇਜਿਆ ਜਾਵੇ ਜਿਹੜਾ ਉੱਥੇ ਨਾਸਾ ਦਾ ਵਿੱਚ ਬੱਚੇ ਦੇਖ ਕੇ ਆਉਣ ਸੋ ਨੈਕਸਟ ਈਅਰ ਪ੍ਰੋਬਬਲੀ ਵੀ ਵਿਲ ਹੈਵ ਦਿਸ ਟ੍ਰਿਪ ਟੂ ਨਾਸਾ ਫੋਰ ਵਿਦ ਦ ਕਿਡਸ ਐਂਡ ਦ ਟੀਚਰਸ ਨਾਓ ਰੈਸਟ ਆਫ ਦ ਸਕੂਲ ਜਿਹੜਾ ਹੈ ਤਕਰੀਬਨ 1.25 ਏਕੜ ਦੇ ਏਰੀਏ ਦੇ ਵਿੱਚ ਹੈ ਨੈਕਸਟ ਟੂ 8 ਕਿਲੋਮੀਟਰ ਫਰੋਮ ਸਮਰਾਲਾ ਐਂਡ 8 ਕਿਲੋਮੀਟਰ ਫਰੋਮ ਕੋਹਾਲਾ ਅਤੇ ਬੱਸਾਂ ਸਕੂਲ ਦੇ ਵਿੱਚ ਟਰਾਂਸਪੋਰਟ ਅਵੇਲੇਬਲ ਨੇ ਬੱਚਿਆਂ ਵਾਸਤੇ ਨੂੰ ਲੈ ਕੇ ਆਉਣ ਵਾਸਤੇ ਛੱਡ ਕੇ ਆਉਣ ਵਾਸਤੇ ਟਰਾਂਸਪੋਰਟ ਅਵੇਲੇਬਲ ਹੈ ਦਿਸ ਟਰਾਂਸਪੋਰਟ ਇਜ਼ ਨਾਟ ਬਿਲੋਂਗਸ ਟੂ ਅਸ ਇਹ ਟਰਾਂਸਪੋਰਟ ਜਿਹੜੀ ਹੈ ਇਹ ਠੇਕੇ 'ਤੇ ਹੈ ਪਰ ਵੀ ਮੋਨੀਟਰ ਦ ਥਿੰਗਸ ਪ੍ਰੋਪਰਲੀ ਆਲ ਦਾ ਟੂ ਕੰਪਲਾਈ ਵਿਦ ਦ ਗਵਰਨਮੈਂਟ ਰੈਗੂਲੇਸ਼ਨ ਐਂਡ ਰੂਲਸ ਐਂਡ ਥਿੰਗਸ ਅਕੋਰਡਿੰਗਲੀ ਬੱਚੇ ਡਾਕਟਰ ਦੀ ਫੈਸਿਲਿਟੀ ਅਸੀਂ ਪ੍ਰੋਵਾਈਡ ਕਰਦੇ ਹਾਂ ਸਾਡੇ ਨਾਲ ਹੀ ਇੱਥੇ ਪਿੰਡ ਲਾਲ ਕਲਾ ਉੱਥੋਂ ਦੇ ਇੱਕ ਡਾਕਟਰ ਨੇ ਜਦੋਂ ਵੀ ਲੋੜ ਹੁੰਦੀ ਹੈ ਹੀ ਇਜ਼ ਔਨ ਦਾ ਕੌਲ ਉਹ ਬੱਚਿਆਂ ਦੀ ਫਸਟ ਏਡ ਵਾਸਤੇ ਇੱਥੇ ਹੁੰਦਾ ਅਸੀਂ ਸਕੂਲ ਦੇ ਵਿੱਚ ਹੋਸਟਲ ਹੈ ਹੋਸਟਲ ਦੇ ਵਿੱਚ ਬੱਚਿਆਂ ਨੂੰ ਪ੍ਰੋਪਰ ਟਾਈਮ ਟੇਬਲ ਫੋਲੋ ਕਰਨ ਵਾਸਤੇ ਦਿੰਦੇ ਹਾਂ ਹੋਰ ਬੱਚੇ ਨਵੇਂ ਬੱਚੇ ਵੀ ਜਿਨ੍ਹਾਂ ਨੇ ਆਉਣਾ ਚਾਹ ਉਹਨਾਂ ਨੂੰ ਵੀ ਅਸੀਂ ਇਨਕਰੇਜ ਕਰਾਂਗੇ ਆ ਕੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਹੋਮਵਰਕ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਬਹੁਤ ਭਾਰੀ ਬੈਗ ਲੈ ਕੇ ਘਰ ਜਾਣ ਦੀ ਲੋੜ ਨਹੀਂ ਬੱਚੇ ਉਹੀ ਕਿਤਾਬਾਂ ਉਹੀ ਨੋਟਬੁੱਕਸ ਲੈ ਕੇ ਜਾ ਸਕਦੇ ਆ ਜਿਹਦੀ ਲੋੜ ਹੈ ਬਾਕੀ ਰੈਸਟ ਆਫ ਦਾ ਬੈਗ ਦੋ ਬੈਗ ਹੁੰਦੇ ਇੱਕ ਬੈਗ ਸਕੂਲ ਦੇ ਵਿੱਚ ਰੱਖ ਜਾਂਦੇ ਨੇ ਜਿਸ ਨਾਟ ਟੂ ਕੈਰੀ ਦ ਬਲਕ ਆਫ ਦਾ ਬੁੱਕਸ ਐਂਡ ਨੋਟਬੁੱਕਸ ਤੋ ਅਸੀਂ ਇਨਕਰੇਜ ਕਰਦੇ ਹਾਂ ਲੋਕਾਂ ਨੂੰ ਬੱਚਿਆਂ ਨੂੰ ਮੇਰੇ ਪੇਰੈਂਟਸ ਨੂੰ ਅਤੇ ਸਾਡੇ ਸਕੂਲ ਦੇ ਵਿੱਚ ਆ ਕੇ ਡਿਸਿਪਲਿਨ ਦੇਖ ਲੈਣ ਡਿਸਿਪਲਿਨ ਏਵਨ ਡਿਸਿਪਲਿਨ ਇੱਦਾਂ ਲੱਗਦਾ ਹੈ ਵੀ ਜਿਵੇਂ ਇਟ ਇਜ਼ ਕੰਟਰੋਲਡ ਬਾਈ ਦ ਸਟਾਫ ਐਂਡ ਬੱਚਿਆਂ ਦਾ ਜਿਹੜਾ ਡਿਸਿਪਲਿਨ ਹੈ ਇਹ ਬਹੁਤ ਅੱਛਾ ਹੀ ਹੈ ਗਰਾਊਂਡ ਦੀ ਗਰਾਊਂਡਸ ਬਹੁਤ ਅੱਛੇ ਨੇ ਸਾਫ਼ ਸੁਥਰੇ ਨੇ ਤੋ ਆਈ ਵਿਸ਼ ਇਹ ਸਕੂਲ ਦੀ ਚੜ੍ਹਦੀ ਕਲਾ ਰਹੇ ਆਈ ਵਿਸ਼ ਵੈਰੀ ਬ੍ਰਾਈਟ ਫਿਊਚਰ ਫਾਰ ਦਿਸ ਸਕੂਲ ਥੈਂਕ ਯੂ ਵੈਰੀ ਮੱਚ